ਹਾਂਜੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਪਹਿਲਾਂ ਗੱਲ ਕਰਦੇ ਹਾਂ ਸ਼ੁਭਦੀ ਮੂਸੇਵਲੇ ਬਾਰੇ ਹਾਂਜੀ ਤੁਹਾਨੂੰ ਪਤਾ ਹੀ ਹੋਊਗਾ ਕਿ ਸ਼ੁਭਦੀ ਕੰਟਰੋਵਰਸੀ ਤੋਂ ਬਾਅਦ ਬਹੁਤ ਸਾਰੇ ਯੂਟਿਊਬਰਸ ਵੱਲੋਂ ਸ਼ੁਭ ਨੂੰ ਐਂਟੀ ਨੈਸ਼ਨਲ ਕਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਸਿੰਗਰ ਸ਼ੁਭ ਦੀ ਸਪੋਰਟ ਵਿੱਚ ਆਏ ਸੀ ਤੇ ਉੱਥੇ ਉਹਨਾਂ ਨੂੰ ਦੱਸ ਦਿਆ ਕਿ ਕੱਲ ਹੀ ਇੱਕ ਯੂਟਿਊਬਰ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵੀਡੀਓ ਵਿੱਚ ਸਾਰੇ ਪੰਜਾਬੀ ਸਿੰਗਰਸ ਨੂੰ ਐਂਟੀ ਨੈਸ਼ਨਲ ਕਿਹਾ ਗਿਆ ਹੈ ਤੇ ਇਸ ਤੋਂ ਬਾਅਦ ਹੁਣ ਇਹੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਇਸੇ ਵੀਡੀਓ ਨੂੰ ਜਲਦ ਤੋਂ ਜਲਦ YouTube ਤੋਂ ਰਿਮੂਵ ਕਰਵਾਇਆ ਜਾਵੇ ਕਿਉਂਕ ਗੰਗਰਾ ਵਿਰੁੱਧ ਹੇਟ ਸਪਰੈਡ ਕੀਤੀ ਜਾ ਰਹੀ ਹੈ ਤੇ ਨਾਲ ਹੀ ਵੀਡੀਓ ਵਿੱਚ ਬਹੁਤ ਗਲਤ ਬੋੜ ਵੀ ਯੂਜ਼ ਕੀਤੇ ਗਏ ਨੇ ਬਾਕੀ ਇੰਨਾ ਬੰਦਿਆ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਵਿੱਚ ਜਰੂਰ ਦੱਸਿਓ ਅੱਗੇ ਗੱਲ ਕਰਦੇ ਹਾਂ ਕਰਨ ਔਜਲਾ ਬਾਰੇ ਹਾਂ ਜੀ ਤੁਹਾਨੂੰ ਪਤਾ ਹੀ ਹੋਊਗਾ ਕਿ ਕੁਝ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਦਿਲਜੀਤ ਔਸਾਂ ਦੀ ਗੋਸਟ ਐਲਬਮ ਵਿੱਚ ਕਰਨ ਔਜਲਾ ਨਾਲ ਕਲੈਬ ਹੋ ਸਕਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਿਲਜੀਤ ਔਸਾਂ ਦੀ ਗੋਸਟ ਐਲਬਮ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿੱਚ ਅਵੇਲੇਬਲ ਹੋ ਚੁੱਕੀ ਹੈ ਤੇ ਇਸ ਐਲਬਮ ਵਿੱਚ ਨਾ ਹੀ ਕਰਨ ਔਜਲਾ ਦੇ ਲਿਰਿਕਸ ਨੇ ਤੇ ਨਾ ਹੀ ਔਜਲੇ ਦਾ ਕੋਈ ਕਲੈਬ ਹੈਗਾ ਸੋ ਇਹ ਘਰੋਂ ਪਰ ਆਉਣ ਵਾਲੇ ਟਾਈਮ ਵਿੱਚ ਸਾਨੂੰ ਜਰੂਰ ਇਹਨਾਂ ਦੋਵਾਂ ਦਾ ਕੋਈ ਕਲੈਬ ਦੇਖਣ ਨੂੰ ਮਿਲੇਗਾ ਬਾਕੀ ਕਰਨੌਂ ਜਿਲ੍ਹਾ ਦੇ ਦੋ ਸਰਪ੍ਰਾਈਜ਼ Song ਤੇ ਯੋਯੋਹਾਨੀ ਸਿੰਘ ਨੇ ਕੀਤਾ ਰਿਪਲਾਈ ਜਿਸ ਦਾ ਵੀ ਅਡਾ ਲਿੰਕ ਸਕਰੀਨ ਉੱਤੇ ਤੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਜਰੂਰ ਜਾ ਕੇ ਦੇਖਿਓ ਚੰਗਾ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਥੈਂਕ ਯੂ